ਹਨੀ ਟ੍ਰੈਪ ਦੇ ਵਿੱਚ ਫਸਾ ਕੇ ਭੋਲੇ ਭਾਲੇ ਲੋਕਾਂ ਨੂੰ ਬਲੈਕਮੇਲ ਕਰਨ ਵਾਲੇ ਇੱਕ ਗਿਰੋਹ ਦਾ ਪਰਦਾ ਫਾਸ਼ ਕੀਤਾ ਗਿਆ। ਦੱਸ ਦਈਏ ਕਿ ਪੁਲਿਸ ਦੇ ਵੱਲੋਂ 5 ਔਰਤਾਂ ਅਤੇ 1 ਵਿਅਕਤੀ ਨੂੰ ਗ੍ਰਿਫਤਾਰ ਕੀਤਾ, ਜਿਸ ਦੇ ਵਿੱਚ 1 ਪੁਲਿਸ ਮੁਲਾਜ਼ਮ ਵੀ ਸ਼ਾਮਿਲ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਤੁਹਾਨੂੰ ਦੱਸ ਦਈਏ ਕਿ 1 ਵਿਅਕਤੀ ਨੂੰ ਪਹਿਲਾਂ ਵਟਸਐਪ ਤੇ ਕਾਲ ਕੀਤੀ ਜਾਂਦੀ ਹੈ ਤੇ ਉਸ ਨੂੰ 1 ਲੜਕੀ ਦੇ ਵੱਲੋਂ ਆਪਣੇ ਟਿਕਾਣੇ ਤੇ ਬੁਲਾਇਆ ਜਾਂਦਾ। ਜਿਵੇਂ ਹੀ ਉਹ ਵਿਅਕਤੀ ਉਸ ਦੇ ਟਿਕਾਣੇ ਤੇ ਪਹੁੰਚਦਾ ਹੈ ਤਾਂ ਉਸ ਨੂੰ ਕੋਲਡ ਡਰਿੰਕ ਦੇ ਵਿੱਚ ਕੋਈ ਨਸ਼ੀਲੀ ਦਵਾਈ ਪਿਲਾ ਕੇ ਉਸ ਦੇ ਕੱਪੜੇ ਉਤਾਰੇ ਜਾਂਦੇ ਨੇ ਤੇ ਫਿਰ ਉਸ ਦੇ ਨਾਲ ਅਸ਼ਲੀਲ ਵੀਡੀਓ ਬਣਾਈ ਜਾਂਦੀ ਹੈ। ਹਾਲਾਂਕਿ ਉਸ ਅਸ਼ਲੀਲ ਵੀਡੀਓ ਬਣਾਉਣ ਤੋਂ ਬਾਅਦ ਪਹਿਲਾਂ ਤਾਂ ਕਿਹਾ ਜਾ ਰਿਹਾ ਕਿ ਉਸ ਵਿਅਕਤੀ ਨੂੰ ਗੱਡੀ ਦੇ ਵਿੱਚ ਘੁਮਾਇਆ ਜਾਂਦਾ, ਉਸ ਨੂੰ ਉਸਦੀ ਵੀਡੀਓ ਦਿਖਾਈ ਜਾਂਦੀ ਹੈ ਅਤੇ ਬਲੈਕਮੇਲ ਕੀਤਾ ਜਾਂਦਾ। ਮੌਕੇ ਦੇ ਉੱਤੇ 2.5 ਲੱਖ ਰੁਪਏ ਉਸ ਤੋਂ ਲੈ ਜਾਂਦੇ ਨੇ ਤੇ ਫਿਰ ਉਸ ਨੂੰ ਜਦੋਂ 1 ਥਾਂ ਦੇ ਉੱਤੇ ਉਤਾਰ ਕੇ ਚਲੇ ਜਾਂਦੇ ਨੇ ਤਾਂ ਕੁਝ ਦੇਰ ਬਾਅਦ ਫਿਰ ਤੋਂ ਉਸ ਨੂੰ ਕਾਲ ਕੀਤੀ ਜਾਂਦੀ ਹੈ ਅਤੇ ਕਿਹਾ ਜਾਂਦਾ ਕਿ ਜੇਕਰ ਉਸਨੇ 20 ਲੱਖ ਰੁਪਈਏ ਨਾ ਦਿੱਤੇ ਤਾਂ ਉਸ ਦੇ ਉੱਤੇ ਰੇਪ ਦਾ ਪਰਚਾ ਦਰਜ ਕਰਵਾ ਦਿੱਤਾ ਜਾਵੇਗਾ। ਸਮਝੌਤੇ ਦੇ ਲਈ 1 ਪੁਲਿਸ ਮੁਲਾਜ਼ਮ ਦਾ ਵੀ ਸਹਾਰਾ ਲਿਆ ਜਾਂਦਾ ਇਸ ਗਰੋਹ ਦੇ ਵੱਲੋਂ ਤੇ ਹੁਣ ਪੁਲਿਸ ਦੇ ਵੱਲੋਂ ਇਸ ਪੁਲਿਸ ਮੁਲਾਜ਼ਮ ਨੂੰ ਵੀ ਕਾਬੂ ਕਰ ਲਿਆ ਹੈ। ਪੁਲਿਸ ਮੁਲਾਜ਼ਮ ਦੇ ਵੱਲੋਂ ਉਸ ਵਿਅਕਤੀ ਨੂੰ ਫੋਨ ਕਰਕੇ ਕਿਹਾ ਜਾਂਦਾ ਹੈ ਕਿ ਜੇਕਰ ਉਹ ਰਾਜ਼ੀਨਾਮਾ ਕਰਨਾ ਚਾਹੁੰਦੇ ਨੇ ਤਾਂ 20 ਲੱਖ ਰੁਪਇਆ ਦੇ ਦੇਣ, ਉਹ ਉਹਨਾਂ ਦਾ ਰਾਜ਼ੀਨਾਮਾ ਕਰਵਾ ਦੇਵੇਗਾ। ਜਿਸ ਤੋਂ ਬਾਅਦ ਉਹ ਵਿਅਕਤੀ 1 5 ਲੱਖ ਰੁਪਏ ਦਾ ਚੈੱਕ ਅਤੇ 1 10 ਲੱਖ ਰੁਪਏ ਦਾ ਚੈੱਕ ਲੈ ਕੇ ਉਹਨਾਂ ਨੂੰ ਦੇ ਦਿੰਦਾ ਹੈ ਤੇ ਫਿਰ ਉਸ ਤੋਂ ਬਾਅਦ ਇਸਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਜਾਂਦੀ ਹੈ। ਪੁਲਿਸ ਜਦੋਂ ਹਰਕਤ ਦੇ ਵਿੱਚ ਆਉਂਦੀ ਹੈ ਤਾਂ ਪੂਰੇ ਹੀ ਗਿਰੋਹ ਦਾ ਭੰਡਾ ਫੋੜ ਕਰ ਦਿੱਤਾ ਜਾਂਦਾ ਹੈ। ਦੱਸ ਦਈਏ ਕਿ ਜਲਾਲਾਬਾਦ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਭੋਲੇ ਭਾਲੇ ਲੋਕਾਂ ਨੂੰ ਆਪਣੇ ਪ੍ਰੇਮ ਜਾਲ ਦੇ ਵਿੱਚ ਫਸਾ ਕੇ ਪੈਸੇ ਐਂਠਣ ਵਾਲੇ 1 ਗਿਰੋਹ ਦਾ ਪਰਦਾ ਫਾਸ਼ ਕੀਤਾ ਗਿਆ, ਜਿਸ ਦੇ ਵਿੱਚ 5 ਔਰਤਾਂ ਅਤੇ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਹਾਲਾਂਕਿ ਇਸ ਗਿਰੋਹ ਦੇ ਵਿੱਚ 1 ਪੁਲਿਸ ਮੁਲਾਜ਼ਮ ਵੀ ਸ਼ਾਮਲ ਸੀ ਜਿਸ ਨੂੰ ਕਿ ਕਾਬੂ ਕੀਤਾ। ਹਾਲਾਂਕਿ ਇਸ ਗਿਰੋਹ ਦੇ ਕੋਲੋਂ 1 ਕਰੋਲਾ ਗੱਡੀ, 5 ਲੱਖ ਰੁਪਏ ਕੈਸ਼ ਅਤੇ 15 ਲੱਖ ਰੁਪਏ ਦੇ ਚੈੱਕ ਵੀ ਬਰਾਮਦ ਕਰ ਲਏ ਨੇ। ਮੁੰਡੇ ਨਾਲ ਮੇਰੀ ਫਰੈਂਡਸ਼ਿਪ ਸੀ, ਉਹਨੇ ਮੈਨੂੰ ਬੁਲਾ ਕੇ ਮੇਰੇ ਨਾਲ ਬਲਾਤਕਾਰ ਕੀਤਾ ਵਾ ਤੇ ਉੱਥੇ ਜਦੋਂ ਏਦਾਂ ਅਸੀਂ ਮਿਲੇ ਸੀ ਉਦੋਂ ਮੁੰਡੇ ਆ ਗਏ ਸੀ, ਮੈਨੂੰ ਲੱਗਿਆ ਇਹਨਾਂ ਨੇ ਬੁਲਾਇਆ ਤੇ ਉਹਨਾਂ ਨੇ ਸਾਡੀ ਵੀਡੀਓ ਬਣਾਈ ਆ, ਉਹਦੀ ਵੀ ਬਣਾ ਲਈ। ਮੁੰਡਿਆਂ ਨੇ ਜਿਹੜੇ ਉੱਥੋਂ ਦੇ ਸੀਗੇ 25-30 ਮੁੰਡੇ ਸੀਗੇ ਉੱਥੇ, ਉਹਨਾਂ ਕੋਲ ਮਤਲਬ ਪਿਸਟਲ ਵੀ ਹੋਣਗੇ ਸ਼ਾਇਦ, ਤੇ ਉਹਨਾਂ ਨੇ ਬੁਲਾਇਆ ਸਾਨੂੰ ਤੇ ਫਿਰ ਮੈਂ ਉੱਥੋਂ ਨਿਕਲੀ ਤੇ ਉੱਥੋਂ ਮੈਂ ਆਪਣੀ ਭਾਬੀ ਨੂੰ ਇਹਨੂੰ ਮੈਂ ਬੁਲਾਇਆ ਤੇ ਉੱਥੋਂ ਅਸੀਂ ਭੱਜੀਆਂ। ਉੱਥੋਂ ਫਿਰ ਅਸੀਂ ਉੱਥੇ ਫਾਜ਼ਿਲਕਾ ਆਸ਼ਾ ਵਰਕ ਹੈ ਉੱਥੇ ਜਾ ਕੇ ਅਸੀਂ ਮੁੰਡੇ ਪਿੱਛੇ ਲੱਗ ਗਏ ਸੀ ਸਾਡੇ, ਅਸੀਂ ਉੱਥੋਂ ਫਿਰ ਉੱਧਰ ਫਾਜ਼ਿਲਕਾ ਹੋਸਪਿਟਲ ਗਏ, ਉੱਥੋਂ ਮੈਡੀਕਲ ਕਰਾਇਆ। ਸਰ ਮੇਰੇ ਨਾਲ ਕੋਈ ਇਹੋ ਜਿਹੀ ਪੈਸੇ ਵਾਲੀ ਗੱਲ ਨਹੀਂ ਹੋਈ ਹੈਗੀ। ਸਿੱਧਵਾਂ ਬੇਟ ਸਰ ਪਿੱਛੇ ਉਹ ਲੱਗ ਗਏ ਸੀ ਬੰਦੇ ਜਿਹੜੇ ਉੱਥੇ ਹੈਗੇ ਸੀ ਇੰਨੇ ਸਾਰੇ, ਤੇ ਉਹ ਸਾਡੇ ਪਿੱਛੇ ਲੱਗ ਗਏ। ਹਾਂਜੀ ਇਹਨਾਂ ਨੇ ਕਿਹਾ ਸੀ ਕਹਿੰਦੇ ਸਾਡੇ ਨਾਲ ਰਾਜ਼ੀਨਾਮਾ ਕਰ ਲਓ ਤੇ ਪਤਾ ਨਹੀਂ ਸਰ ਹਾਲੇ ਇੱਦਾਂ ਦੀ ਗੱਲ ਨਹੀਂ ਹੋਈ ਸੀ, ਤੇ ਉਹ ਅਸੀਂ ਲਿਖਵਾਉਂਦੇ ਪਏ ਸੀ ਸ਼ਾਇਦ ਵਕੀਲ ਵੀ ਨਾ ਰਲ ਗਿਆ ਵਾ ਤੇ ਉਹਨਾਂ ਨੇ ਸਾਡੇ ਬਿਆਨ ਵੀ ਸਹੀ ਨਹੀਂ ਲਿਖੇ ਹੈਗੇ ਤੇ ਉਹਨਾਂ ਨੇ ਇੱਦਾਂ ਸਾਡੇ ਤੇ ਉਲਟ ਪਰਚਾ ਕਰਾਤਾ। ਨਹੀਂ ਇੱਕ ਵਾਰ ਗੱਲ ਮਤਲਬ ਉਹਨਾਂ ਰਾਜ਼ੀਨਾਮਾ ਹਾਂਜੀ ਕੋਈ ਕਸੂਰ ਨਹੀਂ ਹੈਗਾ। ਜਿੰਦਾ ਬਾਈ ਮੇਰਾ ਨਾਮ ਸਰ, ਸਰ ਪੁਲਿਸ ਨੇ ਨਹੀਂ ਸਰ ਪਹਿਲਾਂ ਤਾਂ ਮੇਰੇ ਘਰੇ ਦੋਨੇ ਪਾਰਟੀਆਂ, ਇਹ ਜਿਹੜੀ ਇਹ ਪਾਰਟੀ ਪਹਿਲਾਂ ਮੇਰੇ ਘਰੇ ਆਈ ਸੀ, ਇਹ ਕੁੜੀ ਵਾਲੇ ਇਹ ਕਹਿੰਦੇ ਸਾਡੇ ਨਾਲ ਇਸ ਤਰ੍ਹਾਂ ਵਾਕਾ ਹੋ ਗਿਆ ਹੈ ਤੇ ਸਾਡਾ ਤੁਸੀਂ ਰਾਜ਼ੀਨਾਮਾ ਤੁਹਾਡਾ ਸਰਪੰਚ ਮੰਨ ਸਕਦਾ ਕੋਈ ਗੱਲ ਤੇ ਅਸੀਂ ਅਗਰ ਠੀਕ ਅਸੀਂ ਸਰਪੰਚ ਨੂੰ ਬੁਲਾ ਲੈਂਦੇ ਹਾਂ। ਹਾਂਜੀ ਸਰ ਇਹ ਤਾਂ ਇਹਨਾਂ ਨੇ ਕੰਪਲੇਂਟ ਉੱਧਰ ਪਾਈ ਨੇ ਦੂਜੇ ਮਖੂਬਲ, ਇਹਨਾਂ ਦਾ ਹੋਇਆ ਮੈਡੀਕਲ ਕੁੜੀ ਦਾ ਮੈਡੀਕਲ ਕੀਤਾ ਗਿਆ ਫਾਜ਼ਿਲਕਾ ਵਿੱਚ, ਕੋਈ ਆਸ਼ਾ ਵਰਕ ਹੈਗੀ ਜੇ ਉਹਨੇ ਕਿਤੇ ਕਰਵਾਇਆ ਸਾਨੂੰ ਨਹੀਂ ਪਤਾ, ਇਹ ਮੇਰੇ ਘਰੇ ਆਣ ਕੇ ਰਾਤ ਰਹੇ ਨੇ, ਮੈਂ ਇਹਨਾਂ ਨੂੰ ਰਾਤ ਸੇਵਾ ਪਾਣੀ ਵੀ ਇਹਨਾਂ ਦੀ ਕੀਤੀ ਵਧੀਆ, ਇਹਨਾਂ ਨੇ ਫਿਰ ਮੈਨੂੰ ਕਿਹਾ ਵੀ ਸਾਡਾ ਰਾਜ਼ੀਨਾਮਾ ਕਰਵਾ ਦਿਓ। ਅਸੀਂ ਹੀਰੇ ਵਾਲੇ ਦਾ ਸਰਪੰਚ ਹੈਗਾ ਗੁਰਦੀਪ ਸਿੰਘ,
ਉਹਨੂੰ ਅਸੀਂ ਬੁਲਾਇਆ ਸਰ, ਅਸੀਂ ਆਖਿਆ ਜੀ ਤੁਸੀਂ ਆ ਜਾਓ ਰਾਜੀਨਾਮਾ ਇਹਨਾਂ ਦਾ ਕਰਾ ਦਈਏ ਆਪਣਾ ਪੁੱਤਰ ਮੇਰਾ। ਤੁਹਾਨੂੰ ਪਤਾ ਸਰ ਸਾਨੂੰ ਇਸ ਗੱਲ ਦਾ ਨਹੀਂ ਪਤਾ, ਸਾਡੇ ਘਰੇ ਰਾਤ ਰਹੇ ਨੇ, ਅਸੀਂ ਇਹਨਾਂ ਦੀ ਮਦਦ ਕੀਤੀ ਹੈ ਜ਼ਰੂਰ। ਨਹੀਂ ਸਰ ਮੇਰੀ ਕੋਈ ਪੈਸੇ ਨਾਲ ਸਾਡੀ ਨਹੀਂ ਗੱਲ ਹੋਈ, ਜਮਾਂ ਮੇਰਾ ਫੋਨ ਵੇਖ ਲਓ ਕੋਈ, ਮੈਂ ਉਸ ਪਲਟੀ ਨਾਲ ਮੈਂ ਘਰ ਗੱਲ ਵੀ ਨਹੀਂ ਕਿਸੇ ਨਾਲ ਸਰ, ਪਤਾ ਹੀ ਨਹੀਂ ਆਪਾਂ ਨੂੰ ਕੋਈ ਗੱਲ, ਇਹਨਾਂ ਦੀ ਗੱਲ ਹੋਈ ਹੈ, ਉਹ ਕੁੜੀ ਦੀ ਮੈਨੂੰ ਨਹੀਂ ਪਤਾ ਕਿਵੇਂ ਹੋਈ ਹੈ ਕਿਵੇਂ ਨਹੀਂ ਹੋਈ ਸਾਨੂੰ ਨਹੀਂ। ਮੈਂ ਤਾਂ ਸਰ ਮੇਰੇ ਦੋਸਤ ਸੀਗਾ, ਉਹਨੇ ਮੈਨੂੰ ਫੋਨ ਕੀਤਾ, ਮੈਂ ਉਹਨੂੰ ਪੈਸੇ ਫੜਾਉਣ ਆਇਆ ਸੀਗਾ 1000 ਰੁਪਇਆ। ਉਹ ਕਹਿੰਦੇ ਵੀ ਕੁੜੀ ਦਾ ਰਾਜੀਨਾਮਾ 5 ਮਿੰਟ ਖੜ੍ਹ ਜਾਓ। 5 ਮਿੰਟ ਖੜ੍ਹਨ ਦੇ ਚੱਕਰ ਦੇ ਵਿੱਚ ਮੈਂ ਬਹੁਤ ਮਿੰਨਤਾਂ ਕੀਤੀਆਂ ਵੀ ਮੈਂ ਅਸੀਂ ਨਹੀਂ ਗਏ, ਜਿਹੜੇ ਮੁੰਡੇ ਮੇਨ ਆ ਉਹ ਭੱਜ ਗਏ ਜੀ, ਨਹੀਂ ਦੱਸਿਆ। ਮੈਂ ਪਟਿਆਲੇ ਕੋਲ ਆਇਆਂਗਾ ਸੁਭਾ ਜੀ, ਅਤੇ ਉਹਨੇ 1000 ਰੁਪਇਆ ਮੰਗਿਆ। ਮੈਂ ਕੰਪਾਈਨ ਤੋਂ ਆਇਆ ਜੀ, ਮੇਰੇ ਹੱਥ ਦੇਖ ਲਓ ਕੰਪਾਈਨ ਵਾਲੇ, ਅਤੇ ਟਿਕਟਾਂ ਮੇਰੇ ਕੋਲ ਪਈਆਂ ਗਈ ਘਰੇ। ਮੈਂ ਨਾ ਜੀ 5-7 ਦਿਨ ਪਹਿਲੇ ਮੈਨੂੰ ਵਟਸਐਪ ਕਾਲ ਆਈ ਸੀ ਜੀ, ਅਤੇ ਪਹਿਲੇ ਜੈਂਟਸ ਦੀ ਆਈ ਸੀ, ਉਸ ਤੋਂ 2 ਦਿਨ ਬਾਅਦ ਇੱਕ ਲੇਡੀਜ਼ ਦੀ ਆਈ ਸੀ, ਕਹਿੰਦੇ ਤੁਹਾਨੂੰ ਸੁਰੈਸੇ ਹੈਗੀ ਹੈ ਅਤੇ ਤਦਰੀਆਂ ਦੇ, ਤੁਸੀਂ ਨਮਕੂ ਗੁਰਦੁਆਰਾ ਸਾਹਿਬ ਹੈ ਜੀ, ਉੱਥੇ ਮੱਥਾ ਟੇਕੋਗੇ ਤਾਂ ਠੀਕ ਹੋ ਜਾਓਗੇ। ਅਸੀਂ ਕੁਦਰਤੀ ਕੋਈ ਆਪਦੇ ਪਲਾਟ ਦੇ ਸਮਾਨ ਵਾਸਤੇ ਜੀਰੇ ਜਾਣਾ ਸੀ ਜੀ ਉਸ ਦਿਨ 6 ਤਰੀਕ ਨੂੰ ਜੀ, ਅਸੀਂ ਉਹ ਨੰਬਰ 'ਤੇ ਫੋਨ ਕੀਤਾ ਅਤੇ ਉਹ ਇੱਕ ਉਸ ਤੋਂ ਬਾਅਦ ਉਹਨਾਂ ਦਾ ਮੈਨੂੰ ਬੈਕ ਕਾਲ ਵੀ ਆਈ ਵਟਸਐਪ 'ਤੇ ਜੀ, ਕਹਿੰਦੇ ਜੀ ਤੁਸੀਂ ਆ ਜਾਓ ਕੋਈ ਗੱਲ ਨਹੀਂ, ਤੁਹਾਨੂੰ ਅਸੀਂ ਨਾ ਲੋਕੇਸ਼ਨ ਵਟਸਐਪ 'ਤੇ ਪਾ ਦਿੰਦੇ ਹਾਂ ਜੀ। ਚਲੋ ਅਸੀਂ ਜੀਰੇ ਜਿਸ ਦੁਕਾਨ 'ਤੇ ਜਾਣਾ ਸੀ, ਅਸੀਂ ਕਿਹਾ ਵੀ ਚੱਲ ਵਾਪਸੀ ਦੁਕਾਨ 'ਤੇ ਆ ਜਾਂਦੇ, ਪਹਿਲੇ ਗੁਰਦੁਆਰਾ ਸਾਹਿਬ ਮੱਥਾ ਟੇਕ ਲੈਂਦੇ ਜੀ। ਅਸੀਂ ਜਦੋਂ ਮੱਖੂ ਪਹੁੰਚੇ ਅਤੇ ਮੱਖੂ ਉਸ ਤੋਂ ਬਾਅਦ ਗੁਰਦੁਆਰੇ ਸਾਹਿਬ ਅਸੀਂ ਲਾਗੇ ਪਹੁੰਚ ਗਏ ਜੀ। ਗੁਰਦੁਆਰਾ ਸਾਹਿਬ 'ਤੇ ਅੱਗੇ ਗੱਡੀਆਂ ਕਾਫੀ ਖੜੀਆਂ ਸੀ, ਥੋੜ੍ਹਾ ਜਿਹਾ ਰਸ਼ ਵੀ ਸੀਗਾ ਜੀ। ਉਹਦੇ ਸਾਈਡ 'ਤੇ ਬੈਕ ਸਾਈਡ ਮੈਂ ਗੱਡੀ ਤੋਂ ਉਤਰ ਪਿਆ ਅਤੇ ਮੇਰਾ ਦੋਸਤ ਗੱਡੀ ਲਾਉਣ ਚੱਲਾ ਗਿਆ ਸਾਈਡ 'ਤੇ ਜੀ। ਅਤੇ ਜਦੋਂ ਜਿਹੜਾ ਬੰਦੇ ਨੇ ਸਾਨੂੰ ਲੋਕੇਸ਼ਨ ਪਾਈ ਸੀ, ਅਸੀਂ ਉਹਨੂੰ ਪਹਿਲਾਂ ਫੇਸ ਟੂ ਫੇਸ ਨਹੀਂ ਜਾਣਦੇ ਸੀ ਜੀ। ਉਸ ਤੋਂ ਬਾਅਦ ਉੱਥੇ 2-3 ਆਦਮੀ ਆਏ, ਜਿਵੇਂ ਉਹਨਾਂ ਦੇ ਨਾਲ ਹੀ ਘਰ ਸੀ ਜੀ, ਸਾਨੂੰ ਪੈਸੀ ਪਹਿਲੀ ਵਾਰ ਗਿਆ ਸੀ ਜੀ। ਜਿਵੇਂ ਉਹਨਾਂ ਨੇ ਕੋਲਡ ਡਰਿੰਕ ਪਿਆ ਤੀ ਜੀ ਮੈਨੂੰ, ਅਤੇ ਮੈਂ ਪੀ ਚੁੱਕਿਆ ਸੀ, ਮੇਰੇ ਦੋਸਤ ਨੇ ਕੋਲਡ ਡਰਿੰਕ ਨਹੀਂ ਪੀਤੀ ਸੀ ਜੀ, ਜਿਹਦੇ ਨਾਲ ਮੈਨੂੰ ਨਸ਼ਾ ਹੋ ਗਿਆ ਜੀ। ਨਸ਼ੇ ਤੋਂ ਬਾਅਦ ਮੈਨੂੰ ਨਹੀਂ ਪਤਾ ਲੱਗਿਆ ਜੀ ਮੇਰੇ ਨਾਲ ਕੀ ਹੋਇਆ ਜੀ। 1.5-2 ਘੰਟੇ ਬਾਅਦ ਜਦੋਂ ਮੈਨੂੰ ਹੋਸ਼ ਆਈ ਹੈ ਜੀ, ਮੈਂ ਆਪਦੇ ਆਪ ਨੂੰ ਬਿਲਕੁਲ ਕੱਪੜਿਆਂ ਤੋਂ ਬਿਨਾਂ ਪਾਇਆ ਬਣਾਈਆਂ ਨੇ ਜੀ, ਅਤੇ ਮੈਨੂੰ ਕੁੱਟਿਆ ਵੀ, ਮੈਨੂੰ ਮਾਰਿਆ ਵੀ ਜੀ। ਉਸ ਤੋਂ ਬਾਅਦ ਮੈਨੂੰ ਕੱਪੜੇ ਪਵਾਏ, ਜਦੋਂ ਕੁੱਟਿਆ ਉਦੋਂ ਮੈਨੂੰ ਮਾੜੀ ਮਾੜੀ ਹੋਸ਼ ਆ ਗਈ ਜੀ। ਹੋਸ਼ ਤੋਂ ਬਾਅਦ ਉਹਨਾਂ ਨੇ ਗੱਡੀ 'ਚ ਗੱਡੀ ਮਾਰੀ, ਜਿਹੜਾ ਮੇਰਾ ਦੂਜਾ ਦੋਸਤ ਗੱਡੀ ਠੱਲਣ ਗਿਆ ਸੀ, ਉੱਧਰ ਬੰਦੇ 15-16 ਵੱਖਰੇ ਸੀ ਜੀ, ਉਹਨੂੰ ਗੱਡੀ 'ਚੋਂ ਬਾਹਰ ਨਹੀਂ ਨਿਕਲਣ ਦਿੱਤਾ, ਗੱਡੀ 'ਚ ਗੱਡੀ ਮਾਰ ਕੇ ਸ਼ੀਸ਼ਾ ਵੀ ਤੋੜਤਾ। ਉਹ ਲੋਕ ਵਿੱਚ ਜਾਣਾ ਦੇ ਬੜੀ ਮੁਸ਼ਕਲ ਬਚਾਈ ਜੀ, ਮੱਖੂ ਦੀ ਘਟਨਾ ਜੀ। ਮੱਖੂ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਆਪਣੀ ਗੱਡੀ 'ਚ ਬਿਠਾਇਆ ਜੀ, ਅਤੇ ਮੇਰੇ ਦੋਸਤ ਨੂੰ ਅਲੱਗ ਗੱਡੀ 'ਚ ਬਿਠਾਇਆ, ਅਤੇ ਮੈਨੂੰ ਮੱਖੂ ਲੈ ਗਏ ਜੀ ਦਾਣਾ ਮੰਡੀ 'ਚ ਜੀ। ਦਾਣਾ ਮੰਡੀ 15-20 ਮਿੰਟ ਇੱਕ ਸਾਈਡ 'ਤੇ ਅੰਦਰ ਮੰਨ ਲਓ ਅੱਗੇ ਫੜ 'ਚ ਜਾ ਕੇ ਗੱਡੀ ਰੋਕ ਕੇ ਰੱਖੀ ਜੀ ਉਹਨਾਂ ਨੇ ਗੱਡੀ। ਉੱਥੋਂ ਕੁਛ ਇੱਕ ਲੇਡੀ ਸੀ ਨਾਲ, 4-5 ਬੰਦੇ ਸੀ ਜੀ, ਉਹਨਾਂ ਨੇ ਗੱਡੀ ਵੀ ਖੁਦ ਚਲਾਈ, ਮੈਨੂੰ ਪਿੱਛੇ ਬਿਠਾ ਲਿਆ। ਤਲਵਾਰਾਂ ਕਿਰਪਾਨਾਂ ਹਥਿਆਰ ਉਹਨਾਂ ਕੋਲ ਕਾਫੀ ਸੀ ਜੀ, ਅਤੇ ਘੱਟੋ ਘੱਟ 25-30 ਆਦਮੀ ਸੀ ਜੀ, ਇੱਕ ਗੱਡੀ ਉਹਨਾਂ ਦੇ ਨਾਲ ਹੋਰ ਵੀ ਸੀਗੀ ਜੀ। ਉਸ ਤੋਂ ਬਾਅਦ ਫਿਰ ਉਹ ਮੈਨੂੰ ਪਿੰਡਾਂ 'ਚ ਲੈ ਗਏ ਜੀ, ਘੱਟੋ ਘੱਟ 3-4 ਘੰਟੇ ਮੈਨੂੰ ਪਿੰਡਾਂ 'ਚ ਘੁਮਾਇਆ ਜੀ। ਉਸ ਤੋਂ ਬਾਅਦ ਕਹਿੰਦੇ ਜੀ ਸਾਨੂੰ, ਮੈਂ ਕਿਹਾ ਮੇਰੇ ਭਾਈ ਸਾਹਿਬ ਜਿਹੜਾ ਦੋਸਤ ਹੈ ਉਹਨੂੰ ਮੇਰੇ ਨਾਲ ਇਕੱਠਾ ਕਰੋ ਜੀ। ਕਹਿੰਦੇ ਜੀ ਉਹ ਭਰਾਵਾਂ ਦੇ ਢਾਬੇ 'ਤੇ ਗਿਆ ਜੀ, ਤੁਹਾਨੂੰ ਅਸੀਂ ਬੁਲਾਉਣੇ ਆ ਜੀ, ਤੁਸੀਂ ਸਾਨੂੰ ਗੂਗਲ ਪੇ ਪੈਸੇ ਕਰਾਓ, ਨਹੀਂ ਤਾਂ ਅਸੀਂ ਤੁਹਾਨੂੰ ਮਾਰ ਦਿਆਂਗੇ ਜੀ। ਉਸ ਤੋਂ ਬਾਅਦ ਉਹਨਾਂ ਨੇ ਸਾਡੇ ਕੋਲੋਂ 4 ਲੱਖ ਰੁਪਏ 'ਤੇ ਡਿਮਾਂਡ ਕੀਤੀ ਜੀ ਉਸ ਵਕਤ ਮੌਕੇ 'ਤੇ ਜੀ, ਜਿਹਦੇ ਵਿੱਚੋਂ ਮੇਰਾ ਜਦੋਂ ਉਹਨਾਂ ਨੇ ਮੈਨੂੰ ਬਲੈਕਮੇਲ, ਜਦੋਂ ਮੈਨੂੰ ਪਿਓ ਸੀ ਮੇਰਾ ਉਹਨਾਂ ਮੋਬਾਈਲ ਉਸ ਵੇਲੇ ਖੋ ਲਿਆ ਸੀਗਾ ਜੀ, ਮੋਬਾਈਲ ਖੋਣ ਦੀ ਵਜ੍ਹਾ ਨਾਲ। ਮੈਂ ਕਿਹਾ ਵੀ ਮੇਰੇ ਕੋਲ ਤਾਂ ਫੋਨ ਹੀ ਹੈ ਨਹੀਂ, ਮੈਂ ਗੂਗਲ ਪੇ ਤੁਹਾਨੂੰ ਕਿਵੇਂ ਕਰਾਵਾਂ ਜੀ। ਅਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਆਧਾ ਨੰਬਰ ਦਿੱਤਾ, ਜਿਹਦੇ ਨਾਲ ਮੈਂ ਆਪਦੇ ਰਿਸ਼ਤੇਦਾਰ ਨੂੰ ਫੋਨ ਕਰਕੇ 50,000 ਰੁਪਇਆ ਗੂਗਲ ਪੇ ਕਰਾਇਆ ਜੀ। ਫਿਰ ਜਿਹੜਾ ਮੇਰਾ ਦੋਸਤ ਸੀ 60,000 ਰੁਪਇਆ ਉਹਦੇ ਤੋਂ ਉਹਨਾਂ ਨੇ ਗੂਗਲ ਪੇ ਕਰਾਇਆ। ਜਦੋਂ ਅਸੀਂ ਮਿਲੇ ਕਾਫੀ 3 ਘੰਟਿਆਂ ਬਾਅਦ, ਇੱਕ ਲਿੰਕ ਰੋਡ 'ਤੇ ਉਹਨਾਂ ਨੇ ਸਾਨੂੰ ਮਿਲਾਇਆ ਜੀ। ਮਿਲਣ ਤੋਂ ਬਾਅਦ ਫਿਰ ਲਿੰਕ ਰੋਡ 'ਤੇ ਮਿਲੇ, 10-15 ਮਿੰਟ ਕਾਰਾਂ ਉਹਨਾਂ ਨੇ ਉੱਥੇ ਰੋਕੀਆਂ ਜੀ।
ਫਿਰ ਉਹ ਇੱਕ ਨਹਿਰ 'ਤੇ ਲੈ ਗਏ ਜੀ, ਨਹਿਰ 'ਤੇ ਕਾਰਾਂ ਰੋਕੀਆਂ। ਉਸ ਤੋਂ ਬਾਅਦ ਫਿਰ ਉਹਨਾਂ ਨੇ ਸਾਨੂੰ ਚੱਕਿਆ ਅਤੇ ਜੀਰੇ ਤੋਂ ਮੱਖੂ ਵਾਲਾ ਜਿਹੜਾ ਰੋਡ ਹੈ ਹਾਈਵੇ ਦੇ ਉੱਤੇ ਲਿਆਂਦਾ ਜੀ। ਕਹਿੰਦੇ ਜੀ ਸਾਨੂੰ ਪੈਸੇ ਹੋਰ ਪਵਾਓ ਨਹੀਂ ਤਾਂ ਤੁਹਾਨੂੰ ਮਾਰ ਦਿਆਂਗੇ ਜੀ। ਉੱਥੇ ਰਸਤੇ ਵਿੱਚ ਇੱਕ ਏਟੀਐਮ ਸ਼ੋਪ ਹੈਗੀ ਸੀ, ਉੱਥੇ ਰੁਕੇ ਜੀ, ਮੈਨੂੰ ਕਾਰ 'ਚ ਬਿਠਾਈ ਰੱਖਿਆ, ਮੇਰੇ ਦੋਸਤ ਨੂੰ ਨਾਲ ਲੈ ਗਏ ਵੀ ਸਾਨੂੰ ਇੱਥੇ ਏਟੀਐਮ ਤੋਂ ਪੈਸੇ ਕਢਾ ਕੇ ਦੇ। ਉਹ ਦੁਕਾਨਦਾਰ ਕਹਿੰਦਾ ਜੀ ਸਾਡੇ ਕੋਲ ਕੈਸ਼ ਨਹੀਂ ਹੈਗਾ। ਉਸ ਤੋਂ ਬਾਅਦ ਉਹ ਜੀਰੇ ਗੱਡੀ ਲੈ ਕੇ ਆਏ ਜੀ ਸਾਨੂੰ ਵਿੱਚੇ, ਅਤੇ ਤਿੰਨ ਬੰਦੇ ਹੋਰ ਸੀ, ਚਾਰ ਬੰਦੇ ਸੋਰੀ, ਅਤੇ ਦੋ ਬੰਦੇ ਅਸੀਂ ਜੀ, ਛੇ ਬੰਦੇ ਬੱਸ ਅੱਡੇ 'ਤੇ ਆਏ ਅਤੇ ਕਹਿੰਦੇ ਏਟੀਐਮ 'ਚੋਂ ਪੈਸੇ ਸ਼ਹਿਰ ਦੇ ਵਿੱਚੋਂ ਕਢਾ ਕੇ ਦਿਓ ਜੀ, 4 ਲੱਖ ਦੀ ਜੀ। ਅਸੀਂ ਉੱਥੇ ਉਹਨਾਂ ਨੂੰ ਗੂਗਲ ਪੇ 'ਚ 50 ਅਤੇ 60, 1,10,000 ਉਹ ਦੇ ਚੁੱਕੇ ਸੀ ਜੀ। ਅੱਛਾ ਜੀ। ਅਤੇ ਉਸ ਤੋਂ ਬਾਅਦ 45,000 ਰੁਪਈਆ ਅਸੀਂ ਏਟੀਐਮ 'ਚੋਂ ਕਢਾ ਕੇ ਵੀ ਦਿੱਤਾ ਜੀ ਉਹਨਾਂ ਨੂੰ, ਅਤੇ 5,000 ਰੁਪਏ ਜਦੋਂ ਏਟੀਐਮ ਤੋਂ ਕਢਾਇਆ ਉਹਨਾਂ ਨੇ ਫਿਰ ਸਾਡੇ ਤੋਂ ਗੂਗਲ ਪੇ ਕਰਾਇਆ ਜੀ। ਉਸ ਤੋਂ ਬਾਅਦ ਉਹਨਾਂ ਨੇ ਤਕਰੀਬਨ 10-11 ਵਜੇ ਸਾਨੂੰ ਛੱਡ ਦਿੱਤਾ ਜੀ। ਅਸੀਂ ਸਾਡੀ ਮਿਹਨਤ ਹੈ ਵੀ ਸਾਨੂੰ ਮਾਰ ਦਿਓ, ਵੀ ਸਾਡੇ ਕੋਲ ਪੈਸੇ ਨਹੀਂ ਗਏ, ਵੀ ਅਸੀਂ ਕਿੱਥੋਂ ਪੂਰੇ ਕਰੀਏ ਜੀ। ਅਸੀਂ ਕੁਦਰਤੀ ਇੰਨਾ ਕੁ ਸਾਨੂੰ ਉਹਨਾਂ ਨੇ ਮੈਨੂੰ ਕੁੱਟਿਆ ਜੀ, ਮੇਰੇ ਦੋਸਤ ਨੂੰ ਵੀ, ਅਸੀਂ ਵੀ ਮੰਨ ਲਓ ਆਪਦਾ ਦਿਲ ਛੱਡ ਗਿਆ, ਮੈਂ ਘਰ ਵੀ ਗੱਲ ਨਹੀਂ ਕਰ ਪਾਇਆ, ਇੱਕ ਤਾਂ ਬੰਦਾ ਸਦਮੇ 'ਚ ਆ ਗਿਆ ਜੀ। ਅਤੇ ਉਸ ਤੋਂ ਬਾਅਦ ਅਗਲੇ ਦਿਨ ਮੇਰੀ ਸਿਮ ਮੈਂ ਇੱਥੋਂ ਨਵੀਂ ਚਲਵਾਈ ਜੀ 10-11 ਵਜੇ ਜੀ। ਮੈਨੂੰ ਇੱਕ ਦੋਸਤ ਦਾ ਫੋਨ ਆਇਆ, ਉਸ ਤੋਂ ਬਾਅਦ ਮੈਨੂੰ ਇੱਕ ਉੱਥੋਂ ਲੇਡੀਜ਼ ਦਾ ਫੋਨ ਆਇਆ ਜੀ, ਕਹਿੰਦੇ ਜੀ ਤੁਸੀਂ ਜਲਦੀ ਨਿਬੇੜ ਲਓ ਨਹੀਂ ਤਾਂ ਤੁਹਾਡੇ 'ਤੇ FIR ਕੱਟੀ ਜਾਏਗੀ, ਅਸੀਂ ਜੀ 376 ਦਾ ਤੁਹਾਡੇ 'ਤੇ ਪਰਚਾ ਕਰਾਉਣੇ ਆ ਜੀ। ਚਲੋ ਉਹਦਾ ਮੈਂ ਕਿਹਾ ਜੀ ਸਾਡਾ ਰੌਲਾ ਕੀ, ਇੱਕ ਤਾਂ ਸਾਨੂੰ ਕਿਡਨੈਪ ਕੀਤਾ, ਬਲੈਕਮੇਲ ਤੁਸੀਂ ਸਾਨੂੰ ਕਰਨ ਲੱਗੇ ਜੀ। ਉਸ ਤੋਂ ਬਾਅਦ 2 ਘੰਟੇ ਬਾਅਦ ਇੱਕ ਫਾਜ਼ਿਲਕਾ 'ਚੋਂ ਫੋਨ ਆਇਆ ਅਮਨ ਨਾਂ ਦੇ ਆਦਮੀ ਦਾ ਜੀ। ਉਸ ਬੰਦੇ ਨੇ ਮੈਨੂੰ ਫੋਨ ਕੀਤਾ ਜੀ, ਕਹਿੰਦਾ ਜੀ ਮੈਂ ਮੁਲਾਜ਼ਮ ਹਾਂ ਜੀ, ਤੁਸੀਂ ਸ਼ਾਮ ਨੂੰ 6 ਵਜੇ ਮੈਨੂੰ ਮਿਲੋ ਅਤੇ ਤੁਹਾਡਾ ਮੈਂ ਨਿਬੇੜ ਦਿਆਂਗਾ, ਤੁਹਾਡੀ ਵੀਡੀਓ ਵਾਇਰਲ ਕਰ ਦਿਆਂਗਾ। ਹਾਂ, ਪੰਜਾਬ ਪੁਲਿਸ ਦਾ ਮੁਲਾਜ਼ਮ ਜੀ। ਚਲੋ ਜੀ, ਮੈਂ ਅਤੇ ਮੇਰਾ ਇੱਕ ਦੋਸਤ ਅਸੀਂ ਇੱਥੋਂ ਅਸ਼ੋਕ ਕੁਮਾਰ, ਅਸੀਂ ਸ਼ਾਮ ਨੂੰ 6-6:30 ਫਾਜ਼ਿਲਕਾ ਅਸੀਂ ਅਮਰੀਤਾ 1:30 ਅਸੀਂ ਜੀ, ਮੇਰਾ ਇੱਕ ਦੋਸਤ ਹੈ ਵਿਜੇ ਕੁਮਾਰ, ਉਹਦੀ ਦੁਕਾਨ 'ਤੇ ਅਸੀਂ ਵੇਟ ਕੀਤੀ ਜੀ। ਉਸ ਤੋਂ ਬਾਅਦ ਉਹ 7:00 ਵਜੇ ਦੇ ਕਰੀਬ 7:30 ਸਾਡੇ ਕੋਲ ਆਇਆ ਜੀ। ਉਹਦੇ ਨਾਲ ਫੋਨ 'ਤੇ ਜਦੋਂ ਗੱਲ ਹੋਈ ਅਤੇ ਕਹਿੰਦਾ ਜੀ ਮੇਰੇ ਨਾਲ ਨਾ ਮੇਰੀ ਮਾਤਾ ਹੈ, ਤੁਸੀਂ ਮੋਹਰ ਰੋਡ ਵਾਲੇ ਮੰਡੀ ਗੇਟ ਦੇ ਕੋਲ ਆ ਜਾਓ ਜੀ, ਫਾਜ਼ਿਲਕਾ ਜਿਹੜਾ ਮੋਹਰ ਮੰਡੀ ਗੇਟ ਜੀ ਉੱਥੇ ਜੀ। ਚਲੋ ਉਹਦੇ ਮੈਂ ਕਿਹਾ ਚਲੋ ਆ ਜਾਓ ਆਪਾਂ ਬਹਿ ਕੇ ਗੱਲ ਕਰ ਲੈਂਦੇ ਕਿ ਸਾਡਾ ਕੀ ਕਸੂਰ ਕੀ ਹੈ ਜੀ, ਇੱਕ ਤਾਂ ਸਾਨੂੰ ਪਰੇਸ਼ਾਨ ਕੀਤਾ ਕਿ ਸਾਡੀ ਬਲੈਕਮੇਲਿੰਗ ਤੁਸੀਂ ਹੁਣ ਕਰਦੇ ਜੀ। ਉਸ ਤੋਂ ਬਾਅਦ ਉੱਥੇ ਉਹਨਾਂ ਨੇ ਅਮਨ ਨੇ ਮੇਰੇ ਕੋਲ 50 ਲੱਖ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਹੈ ਜੀ, ਅਤੇ ਮੈਂ ਕਿਹਾ ਜੀ ਮੇਰੇ ਕੋਲ ਇੰਨੇ ਪੈਸੇ ਨਹੀਂ ਹੈਗੇ ਅਤੇ ਨਾ ਹੀ ਮੈਂ ਦੇ ਪਾਵਾਂਗਾ ਜੀ। ਅਤੇ ਬਾਅਦ ਵਿੱਚ ਕਹਿੰਦਾ ਜੀ ਅਸੀਂ 25 ਲੱਖ ਤੋਂ ਘੱਟ ਨਹੀਂ ਗੱਲ ਹੋਣੀ ਜੀ, ਸ਼੍ਰੀ ਉਹ ਆਪਦੇ ਆਪ ਹੀ ਕਹਿੰਦਾ ਜੀ 20 ਲੱਖ 'ਚ ਡਨ ਹੋ ਗਿਆ ਜੀ। ਚਲੋ ਉਹ ਘੰਟਾ ਡੂੜ ਮੈਨੂੰ ਕਾਰ ਦੇ ਵਿੱਚ ਉਹਨੇ ਫਾਜ਼ਿਲਕਾ ਸ਼ਹਿਰ 'ਚ ਵੀ ਘੁਮਾਇਆ ਜੀ। ਉਹ ਤੋਂ ਬਾਅਦ ਮੈਂ ਕਿਹਾ ਮੈਨੂੰ ਵੀਰੇ ਜਾਣ ਦੇ, ਮੈਂ ਅੱਗੇ ਬਹੁਤ ਪਰੇਸ਼ਾਨ ਹਾਂ ਅਤੇ ਮੈਨੂੰ ਹੋਰ ਪਰੇਸ਼ਾਨ ਨਾ ਕਰ। ਮਾਨਯੋਗ DGP ਸਾਹਿਬ ਸ਼੍ਰੀ ਗੌਰਵ ਯਾਦਵ, SSP ਸਾਹਿਬ ਫਾਜ਼ਿਲਕਾ ਸ਼੍ਰੀ ਵਰਿੰਦਰ ਬਰਾੜ, ਹੋਰਾਂ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਮੁਹਿੰਮ ਛੇੜੀ ਹੋਈ ਹੈ। ਜਿਹੜੇ ਕੁਛ ਸ਼ਖਸ ਨੇ ਜਿਹੜੇ ਭੋਲੇ ਭਾਲੇ ਪੁਰਸ਼ਾਂ ਨੂੰ ਆਪਣੇ ਪ੍ਰੇਮ ਜਾਲ ਵਿੱਚ ਫਸਾ ਕੇ, ਜਿਹਨੂੰ ਹਨੀ ਟਰੈਪ ਕਹਿੰਦੇ ਨੇ, ਅਤੇ ਉਹਦੇ ਵਿੱਚ ਫਿਰ ਉਹਨਾਂ ਨੂੰ ਬਲੈਕਮੇਲ ਕਰਦੇ, ਉਹਦੀ ਫੋਟੋਗ੍ਰਾਫੀ ਕਰ ਲੈਂਦੇ ਨੇ, ਉਸ ਤਹਿਤ ਸਾਡੇ ਜਿਹੜੇ ਸਿਟੀ ਦੇ SHO ਨੇ ਇੰਸਪੈਕਟਰ ਅੰਗਰੇਜ਼ ਕੁਮਾਰ, ਉਹਨਾਂ ਨੇ ਇਹ ਗੈਂਗ ਬਸਟ ਕੀਤਾ ਹੈ। 10 ਬੰਦਿਆਂ ਦਾ ਗੈਂਗ ਸੀ, 5 ਇਹ 'ਚ ਲੇਡੀ ਸ਼ਾਮਿਲ ਨੇ ਅਤੇ 5 ਇਹ 'ਚ ਬੰਦੇ ਸ਼ਾਮਿਲ ਨੇ। ਸੁਰਿੰਦਰ ਕੁਮਾਰ ਨਾਂ ਦੇ ਵਿਅਕਤੀ ਨੇ ਜਿਹੜੇ ਆਪਣਾ ਇੱਥੇ ਦੇ ਆਪਣੇ ਬੱਗੇ ਕੇ ਉਤਾਰ ਦੇ ਰਹਿਣ ਵਾਲੇ ਨੇ ਸਾਨੂੰ, ਹਰੀ ਸਿੰਘ, ਉਹਨਾਂ ਨੂੰ ਇਹਨਾਂ ਨੇ ਬਲੈਕਮੇਲ ਕੀਤਾ। ਜੋਤਮ ਕੌਰ ਨਾਂ ਦੀ ਲੜਕੀ ਹੈ ਜਿਹੜੀ, ਜਿਹਨੇ ਹਨੀ ਟਰੈਪ ਵਿੱਚ ਉਹਨੂੰ ਫਸਾਇਆ ਫੋਨ 'ਤੇ, ਫਿਰ ਉਹਨੂੰ ਫਸਾ ਕੇ ਆਪਣੇ ਜਾਲ 'ਚ, ਅਤੇ ਮੱਖੂ ਕਿਤੇ ਉੱਥੇ ਬੁਲਾ ਕੇ
ਉਹਨੂੰ ਕੋਲਡ ਡਰਿੰਕ ਪਿਲਾਇਆ, ਕੋਲਡ ਡਰਿੰਕ ਪਿਲਾ ਕੇ ਉਹਦੀਆਂ ਗਲਤ ਫੋਟੋਗ੍ਰਾਫੀ ਕਰਕੇ ਉਹਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਜੀ। ਤੇ ਇਹਦੇ ਵਿੱਚ ਇਹ ਜੋਤਮ ਕੌਰ ਜਿਹੜੀ ਮੇਨ ਅਕਿਊਜ਼ਡ ਸੀ, ਨਾਲ ਇਹਦੇ ਸੀਗੀ ਆਪਣਾ, ਇਹ ਹੈਗੀ ਹੈ ਡਾਕਟਰ ਆਫ ਮਨਜੀਤ ਸਿੰਘ, ਗੱਗ ਕਲਾਂ ਲੁਧਿਆਣੇ ਦੀ ਰਹਿਣ ਵਾਲੀ ਹੈ ਇਹ। ਤੇ ਇਹਦੇ ਨਾਲ ਇੱਕ ਆਪਣਾ ਜਸਵਿੰਦਰ ਕੌਰ ਮਲਕੀਤ ਸਿੰਘ ਦੀ ਘਰ ਵਾਲੀ ਹੈ ਇਹ ਵੀ ਇਹਦੇ ਨਾਲ ਸੀ, ਜੋਤਮ ਕੌਰ ਦੇ ਗੱਗ ਕਲਾਂ ਦੀ ਰਹਿਣ ਵਾਲੀ ਲੁਧਿਆਣੇ ਦੀ। ਤੇ ਸੁਨੀਤਾ ਕੌਰ, ਇੱਕ ਸੁਨੀਤਾ ਕੌਰ ਹੈ ਪਤਨੀ ਸ਼ਮਸ਼ੇਰ ਸਿੰਘ, ਇਹ ਟਿੱਬੀ ਰਾਈਆਂ, ਇਹ ਮੱਖੂ ਦੀ ਰਹਿਣ ਵਾਲੀ ਹੈ। ਇਹ ਇੱਕ ਕ੍ਰਿਸ਼ਨਾ ਰਾਣੀ, ਪਤਨੀ ਮੱਖਣ ਸਿੰਘ, ਹੀਰੇ ਵਾਲਾ ਪਿੰਡ, ਇਹ ਸਾਡੇ ਸਦਰ ਥਾਣੇ 'ਚ ਪੈ ਜਾਂਦਾ। ਅਤੇ ਸਿੰਧੋ ਬਾਈ, ਵਾਈਫ ਆਫ ਅੰਗਰੇਜ਼ ਸਿੰਘ, ਇਹ ਵੀ ਆਪਣਾ ਹੀਰੇ ਵਾਲੇ ਦੀ ਰਹਿਣ ਵਾਲੀ ਹੈ, ਥਾਣੇ ਸਦਰ ਆਪਣਾ ਜਲਾਲਾਬਾਦ ਦੀ। ਅਤੇ ਇਹਨਾਂ ਨਾਲ ਬੰਦੇ ਵੀ ਪੰਜ ਸ਼ਾਮਿਲ ਸੀਗੇ, ਅੰਗਰੇਜ਼ ਸਿੰਘ, ਸਨ ਆਫ ਅਰਜਨ ਸਿੰਘ, ਚੱਕ ਮੋਚਣ ਵਾਲਾ, ਇਹ ਵੀ ਇਹ ਹੀਰੇ ਵਾਲੇ ਦਾ ਰਹਿਣ ਵਾਲਾ ਹੈ। ਅਤੇ ਸੁਖਚੈਨ ਸਿੰਘ, ਸਨ ਆਫ ਚੰਨਣ ਸਿੰਘ, ਇਹ ਕੀੜਿਆਂ ਵਾਲੀ ਪੀ ਐੱਸ ਸਦਰ ਫਾਜ਼ਿਲਕਾ ਦਾ ਰਹਿਣ ਵਾਲਾ ਬੰਦਾ ਹੈ। ਗੋਬਿੰਦ ਸਿੰਘ, ਸਨ ਆਫ ਹਰਿਮੰਦਰ ਸਿੰਘ, ਇਹ ਵੀ ਕੀੜਿਆਂ ਵਾਲੀ ਦਾ ਰਹਿਣ ਵਾਲਾ ਹੈ। ਅਤੇ ਇੱਕ ਸਾਡਾ ਪੁਲਿਸ ਮੁਲਾਜ਼ਮ ਵੀ ਇਸ ਵਿੱਚ ਸ਼ਾਮਿਲ ਹੈ, ਅਮਨਦੀਪ ਸਿੰਘ। ਅਤੇ ਇਹਨਾਂ ਬੰਦਿਆਂ ਦੇ ਖਿਲਾਫ ਐੱਫ ਆਈ ਆਰ ਦਰਜ ਹੋਈ ਹੈ। ਐੱਫ ਆਈ ਆਰ ਨੰਬਰ ਹੈਗਾ 117, ਡੇਟਡ 9/8/24। ਇਹ ਥਰੈਟਨਿੰਗ ਕਰਨਾ, ਐਕਸਟੋਰਸ਼ਨ, 384 ਪਹਿਲਾਂ ਹੁੰਦੀ ਸੀ ਧਾਰਾ, ਅਤੇ 120B। ਇਹ ਜਿਹੜੀ ਨਵੀਆਂ ਧਾਰਾਵਾਂ ਨੇ ਉਹ 351(2), 308(2) ਅਤੇ 61(2) ਤਹਿਤ ਅਸੀਂ ਇਹਨਾਂ ਦੇ ਖਿਲਾਫ ਐੱਫ ਆਈ ਆਰ ਦਰਜ ਕਰ ਲਈ ਹੈ। ਇਹ ਫੋਨ 'ਤੇ ਪਹਿਲਾਂ ਬੰਦੇ ਨੂੰ ਆਪਣੇ ਪ੍ਰੇਮ ਜਾਲ 'ਚ ਫਸਾਉਂਦੇ ਸੀ ਅਤੇ ਉਹ ਫਿਰ ਉੱਥੇ ਆਪਣਾ ਬੁਲਾ ਕੇ ਨਾਲ ਇਹ ਸਾਰਾ ਗੈਂਗ ਇਕੱਠਾ ਹੋ ਜਾਂਦਾ ਸੀ ਅਤੇ ਉਹਦੀ ਫਿਰ ਕਮਰੇ 'ਚ ਲਿਜਾ ਕੇ ਉਹਨੂੰ ਇਤਰਾਜ਼ਯੋਗ ਹਾਲਤ ਵਿੱਚ ਫੋਟੋਆਂ ਖਿੱਚਦੇ ਸੀ। ਇਹਨਾਂ ਦਾ ਹਜੇ ਛਾਨਬੀਨ ਚੱਲ ਰਹੀ ਹੈ, ਇਨਵੈਸਟੀਗੇਸ਼ਨ ਦਾ ਪਾਰਟ ਹੈ ਅਤੇ ਇਹ ਛਾਨਬੀਨ ਦੇ ਵਿੱਚ ਦੇਖਾਂਗੇ ਵੀ ਇਹ 'ਤੇ ਕੋਈ ਪਰਚਾ ਦਰਜ ਹੈ। ਮੇਨ ਇਹ 'ਚ ਜੋਤੀ ਕੌਰ ਹੈ, ਇਹ ਗੱਗ ਕਲਾਂ ਦੀ ਰਹਿਣ ਵਾਲੀ ਹੈ, ਡਿਸਟ੍ਰਿਕਟ ਆਪਣਾ ਲੁਧਿਆਣਾ। ਇਹ ਜਿਹੜੀਆਂ ਚਾਰੇ ਪੰਜੇ ਲੇਡੀਆਂ, ਇਹ ਹਸਬੈਂਡ ਛੱਡੇ ਹੋਏ ਨੇ ਇਹਨਾਂ ਨੇ। ਹਾਂਜੀ ਹਾਂ, ਇਹਨਾਂ ਤੋਂ ਅਸੀਂ ਇੱਕ ਟੋਇਟਾ ਕਰੋਲਾ ਕਾਰ ਬਰਾਮਦ ਕੀਤੀ ਹੈ ਅਤੇ 5 ਲੱਖ ਰੁਪਈਆ ਅਸੀਂ ਇਹਨਾਂ ਤੋਂ ਨਕਦ ਬਰਾਮਦ ਕੀਤਾ ਹੈ ਅਤੇ 2 ਚੈੱਕ, ਇੱਕ 10 ਲੱਖ ਦਾ ਅਤੇ ਇੱਕ 5 ਲੱਖ ਦਾ ਇਹਨਾਂ ਤੋਂ ਅਸੀਂ ਬਰਾਮਦ ਕੀਤੇ ਨੇ। ਇਹ ਜੋਤਮ ਕੌਰ ਦੇ ਨਾਂ ਦੇ ਚੈੱਕ ਨੇ ਇਹ। ਮਦਈ ਆਪਣਾ ਸੁਰਿੰਦਰ ਕੁਮਾਰ, ਸਾਨੂੰ ਹਰੀ ਸਿੰਘ ਆਪਣੇ ਬੱਗੇ ਕੇ ਉਤਾਰ ਵਾਲੇ ਨਾਲ ਹੈ। ਇਹ ਇਹਨਾਂ ਤੋਂ ਪਹਿਲਾਂ 50 ਲੱਖ ਦੀ ਡੀਲ ਹੋਈ ਸੀਗੀ ਅਤੇ ਕਰਦੇ ਕਰਾਉਂਦੇ ਸੌਦੇਬਾਜ਼ੀ ਇਹਨਾਂ ਦੀ 20 ਲੱਖ 'ਚ ਨਿਬੜਿਆ ਸੀਗਾ ਅਤੇ ਇੱਥੇ ਇਹ ਆਪਣਾ ਕਚਹਿਰੀਆਂ 'ਚ ਆ ਕੇ ਬਕਾਇਦਾ ਐਫੀਡੈਵਿਟ ਬਣਾਉਣ ਲੱਗੇ ਪਏ ਸੀ ਕੰਪਰੋਮਾਈਜ਼ ਦਾ। ਹਾਂ, ਸਾਨੂੰ ਉਹਨੇ ਕੰਪਲੇਂਟ ਕੀਤੀ, ਅਸੀਂ ਫਿਰ ਟਰੈਪ ਲਾ ਕੇ ਇਹਨਾਂ ਨੂੰ ਫਿਰ ਇਹਨਾਂ ਨੂੰ ਕਾਬੂ ਕੀਤਾ। ਅਮਨਦੀਪ ਸਿੰਘ ਦਾ ਵੀ ਵਿੱਚ ਰੋਲ ਸੀਗਾ, ਉਹ ਵੀ ਇਨਵੋਲਵ ਸੀ ਇਸ ਮਾਮਲੇ 'ਚ, ਉਹ ਵਿੱਚ ਕੰਪਰੋਮਾਈਜ਼ ਕਰਾਉਣ ਦੇ ਚੱਕਰਾਂ 'ਚ ਸੀ, ਜਦਕਿ ਉਹ ਕਾਨੂੰਨ ਦਾ ਰਕਸ਼ਕ ਹੈ, ਉਹਨੂੰ ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀਦੇ ਸੀ। ਉਹ ਆਪਣਾ ਹੈੱਡਕੁਆਰਟਰ ਦੇ ਡਿਊਟੀ ਆ ਉਹਦੀ ਫਾਜ਼ਿਲਕਾ, ਉਹ ਸ਼ੇਅਰ ਕਰਦਾ ਸੀ, ਪੈਸੇ ਲੈਣੇ ਸੀ ਉੱਥੋਂ, ਵਿਛੇਸਾ ਲੈਣੇ ਸੀਗਾ। 20 ਲੱਖ ਰੁਪਏ ਦੀ ਡੀਲ ਹੋਈ ਹੈ। ਇਹ 10 ਮੈਂਬਰ, 5 ਲੇਡੀਜ਼, 5 ਜੈਂਟਸ ਇਹ ਨਾਮਜ਼ਦ ਹੋਏ ਨੇ। ਇਹ ਹਜੇ ਵੈਰੀਫਿਕੇਸ਼ਨ ਕਰਨੀ ਹਜੇ ਅਸੀਂ, ਫਾਜ਼ਿਲਕਾ ਪੋਸਟਡ ਹੈ ਉਹ, ਬਾਕੀ ਹਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ, ਬਾਕੀ ਗੱਲਾਂ ਅਸੀਂ ਸਾਰੀਆਂ ਤਫਤੀਸ਼ ਦੇ ਵਿੱਚ ਲੈ ਕੇ ਆਵਾਂਗੇ। 8 ਬੰਦੇ ਗ੍ਰਿਫਤਾਰ ਹੋ ਚੁੱਕੇ ਨੇ ਇਸ ਮਾਮਲੇ। ਅੱਗੇ ਜਿਵੇਂ ਇਨਵੈਸਟੀਗੇਸ਼ਨ ਵਧੇਗੀ, ਕੋਈ ਹੋਰ ਇਨਵੋਲਵਮੈਂਟ ਹੋਏਗੀ, ਹੋਰ ਬੰਦੇ ਜਿਹੜੇ ਵਿੱਚ ਇਨਵੋਲਵ ਹੋਏ ਤਾਂ ਉਹਨਾਂ ਨੂੰ ਅਸੀਂ ਅਰੈਸਟ ਕਰਾਂਗੇ। ਨਹੀਂ ਹਜੇ ਰਿਮਾਂਡ ਵਗੈਰਾ ਲਵਾਂਗੇ ਇਹਨਾਂ ਦਾ ਹੋਰ, ਅਤੇ ਉਸ 'ਤੇ ਫਿਰ ਅਸੀਂ ਇਹਦੀ ਛਾਨਬੀਨ ਕਰਾਂਗੇ। ਹਾਂ, ਪੈਸੇ ਰਿਕਵਰ ਹੋਏ ਨੇ ਇੱਥੋਂ, ਕੋ ਆਪਣਾ 5 ਲੱਖ ਹੈਗਾ ਇਹਦੇ ਵਿੱਚ ਅਸੀਂ
ਕੈਸ਼ ਹੈਗਾ 5 ਲੱਖ ਇਹਦੇ ਵਿੱਚ ਪਿਆ ਹੈਗਾ ਤੇ 2 ਚੈੱਕ ਨੇ, ਇੱਕ 10 ਲੱਖ ਦਾ ਤੇ ਇੱਕ 5 ਲੱਖ ਰੁਪਏ ਦਾ। ਹਾਂਜੀ ਹਾਂ, 5 ਲੱਖ ਰੁਪਇਆ ਕੈਸ਼ ਹੈ। ਜੇ ਹੋਰ ਕੇਸ ਵੀ ਦੇਖਾਂਗੇ, ਹੋਰ ਬਲੈਕਮੇਲਿੰਗ ਇਹਨਾਂ ਨੇ ਜੇ ਕੀਤੀ ਹੋਈ ਪੰਜਾਬ 'ਚ ਕਿਤੇ ਵੀ, ਤੇ ਪ੍ਰੈਸ ਰਾਹੀਂ ਅਸੀਂ ਇਹ ਸੂਚਨਾ ਆਲ ਓਵਰ ਪਹੁੰਚਾਉਣਾ ਚਾਹੁੰਦੇ ਹਾਂ, ਜਿਹੜੇ ਕੋਈ ਵਿਕਟਮ ਨੇ ਜਾਂ ਜਿਹਨਾਂ ਨਾਲ ਇਸ ਤਰ੍ਹਾਂ ਵਾਕਿਆ ਹੈਪਨ ਹੋਇਆ ਹੈਗਾ, ਵੀ ਉਹ ਆਪਣਾ ਇਹਨਾਂ ਨੂੰ ਆਪਣਾ ਆਪਣੀ ਕੰਪਲੇਂਟ ਜਿੱਥੇ ਵੀ ਲਿਖਾਈ ਹੋਊਗੀ ਉੱਥੇ ਇਹਨਾਂ ਨੂੰ ਫੜ ਸਕਦੇ ਨੇ, ਮੁੜ ਕੇ ਆ ਕੇ ਰਿਮਾਂਡ 'ਤੇ ਲਿਜਾ ਸਕਦੇ ਨੇ। ਟਿਵਾਣਾ ਚੌਂਕ ਤੋਂ ਇਹ ਅਰੈਸਟ ਕੀਤੇ ਨੇ ਅਸੀਂ ਜਲਾਲਾਬਾਦ, ਇੱਥੇ ਪੈਸੇ ਲੈਣ ਆਏ ਸੀਗੇ।